ਗਲੋਬਲ ਪੰਜਾਬ ਟੀ ਵੀ 'ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਮਾਰਚ ਮਹੀਨੇ 'ਚ ਸ਼ੁਰੂ ਹੋਈਆਂ ਬੇਮੌਸਮੀ ਬਾਰਿਸ਼ਾਂ ਅਪ੍ਰੈਲ ਦੇ ਵਿੱਚ ਵੀ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਗੜੇਮਾਰੀ, ਤੇਜ਼ ਹਵਾਵਾਂ ਅਤੇ ਜ਼ਬਰਦਸਤ ਬਾਰਿਸ਼ਾਂ ਕਾਰਨ ਪੰਜਾਬ ਹੀ ਨਹੀਂ ਉੱਤਰੀ ਭਾਰਤ ਦਾ ਕਿਸਾਨ ਬੁਰੀ ਤਰ੍ਹਾਂ ਝੰਬਿਆ ਗਿਆ। ਉਹਨਾਂ ਦਿਨਾਂ 'ਚ ਜਦੋਂ ਫਸਲਾਂ ਦੇ ਪਕਾ ਦੇ ਲਈ ਧੁੱਪ ਦੀ ਜ਼ਰੂਰਤ ਹੁੰਦੀ ਹੈ, ਅਸਮਾਨ ਬੱਦਲਾਂ ਨਾਲ ਭਰੇ ਹੋਏ ਹੈ। ਰਾਜ ਸਰਕਾਰਾਂ ਮਦਦ ਲਈ ਕੇਂਦਰ ਵੱਲ ਦੇਖ ਰਹੀਆਂ। ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਡਿਬੇਟ 'ਚ ਜਿਹੜੇ ਵਿਸ਼ੇਸ਼ ਮਹਿਮਾਨ ਹਾਜ਼ਰ ਨੇ, ਡਾਕਟਰ ਮੰਗਲ ਸਿੰਘ ਸੰਧੂ ਜਿਹੜੇ ਕਿ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੇ, ਭਾਰਤੀ ਕਿਸਾਨ ਯੂਨੀਅਨ ਦੇ ਸਿਰਮੌਰ ਨੇਤਾ ਸਰਦਾਰ ਬਲਵੀਰ ਸਿੰਘ ਰਾਜੇਵਾਲ, ਨੌਜਵਾਨ ਪੱਤਰਕਾਰ ਜਿਹੜੇ ਕਿ ਖੇਤੀਬਾੜੀ ਦਾ ਪਿਛੋਕੜ ਰੱਖਦੇ ਨੇ, ਡਾਕਟਰ ਬਲਦੇਵ ਸਿੰਘ ਸ਼ਾਜਲੀ, ਤਿੰਨਾਂ ਨੂੰ ਮੈਂ ਪੈਨਲ 'ਤੇ ਜੀ ਆਇਆਂ ਆਖਦਾ। ਡਾਕਟਰ ਸਾਹਿਬ, ਆਪਾਂ ਡਿਬੇਟ ਦਾ ਸਿਲਸਿਲਾ ਤੁਹਾਡੇ ਤੋਂ ਸ਼ੁਰੂ ਕਰਨ ਲੱਗੇ ਹਾਂ। ਪਿਛਲੇ ਦਿਨਾਂ ਜਿਹੜੀਆਂ ਲਗਾਤਾਰ ਬਾਰਿਸ਼ਾਂ ਹੋਈਆਂ, ਇੱਕ ਦੋ ਦਿਨ ਹਟ ਕੇ ਪਹਿਲਾਂ ਵੀ ਹੋਈਆਂ, ਅੱਜ ਵੀ ਮੌਸਮ ਖਰਾਬ ਹੈ, ਇਹ ਸਾਰੇ ਸਮੁੱਚੇ ਸਿਲਸਿਲੇ ਨੂੰ ਦੇਖਿਆ ਜਾਵੇ ਤਾਂ ਕਿਸ ਤਰ੍ਹਾਂ ਲੱਗਦਾ ਕਿ ਕਿੰਨਾ ਕੁ ਨੁਕਸਾਨ ਜਿਹੜਾ ਹੈਗਾ ਪੰਜਾਬ ਦੇ ਫਾਰਮਰਸ ਦਾ ਹੋ ਚੁੱਕਾ ਹੈ? ਬਿਲਕੁਲ ਜੀ, ਆਪਣੇ ਪਿਛਲੇ ਫਰਵਰੀ ਤੋਂ ਇਹ ਬਾਰਿਸ਼ਾਂ ਸ਼ੁਰੂ ਹੋਈਆਂ ਸੀਗੀਆਂ। 17-18 ਫਰਵਰੀ ਨੂੰ ਜਿਹੜੀ ਪਹਿਲੀ ਬਾਰਿਸ਼ ਹੋਈ ਹੈ ਉਹ ਤੇਜ਼ ਹਵਾਵਾਂ ਅਤੇ ਗੜੇਮਾਰੀ ਦੇ ਨਾਲ ਸ਼ੁਰੂ ਹੋਈ ਸੀ, ਔਰ ਇਹ ਸਿਲਸਿਲਾ ਜਿਹੜਾ 1-2 ਮਾਰਚ ਦੇ ਵਿੱਚ ਵੀ ਜਾਰੀ ਰਿਹਾ, ਫਿਰ 7-8 ਮਾਰਚ, ਫਿਰ 16-17-18 ਮਾਰਚ ਨੂੰ ਹੋਈ, ਫਿਰ 29 ਅਤੇ 30 ਨੂੰ ਜਿਹੜੀ ਇਹ ਮਾਰਚ ਨੂੰ ਬਾਰਿਸ਼ ਹੋਈ। ਔਰ ਇਹਦੇ 'ਚ ਅਸੀਂ ਦੇਖਿਆ ਗਿਆ ਕਿ ਜਿਹੜੀਆਂ ਜਿਹੜੀ ਬਰਸਾਤ ਜਿਹੜੀ ਫਰਵਰੀ ਦੇ ਵਿੱਚ ਹੋਈ ਹੈ ਜੀ 17-18 ਨੂੰ, ਉਹਦੇ ਵਿੱਚ ਕਾਫੀ ਤੇਜ਼ ਹਵਾਵਾਂ ਅਤੇ ਗੜੇਮਾਰੀ ਨਾਲ ਸਾਡਾ ਫਸਲਾਂ ਦਾ ਕਾਫੀ ਨੁਕਸਾਨ ਹੋਇਆ, ਔਰ ਇਸੇ ਅੱਗੇ ਜਿਹੜਾ 1-2 ਨੂੰ ਫਿਰ ਇਹ ਹੀ ਜ਼ਿਆਦਾ ਬਹੁਤ ਜ਼ਿਆਦਾ ਮੀਂਹ ਪੈਣ ਕਰਕੇ ਕਈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਕਾਫੀ ਜਿਹੜੀਆਂ ਫਸਲਾਂ ਪ੍ਰਭਾਵਿਤ ਹੋਈਆਂ ਨੇ, ਔਰ ਜਿਹਦੇ ਵਿੱਚ ਸਾਡੀਆਂ ਖੇਤੀਬਾੜੀ ਤੋਂ ਇਲਾਵਾ ਚਾਰੇ ਵਾਲੀਆਂ ਫਸਲਾਂ, ਸਬਜ਼ੀਆਂ ਅਤੇ ਫਲ ਦਾਰ ਬੂਟੇ ਜਿਹੜੇ ਉਹ ਵੀ ਉਹਨਾਂ ਦੇ ਬੁਰਾ ਅਸਰ ਪਿਆ। ਔਰ ਇਸ ਦੇ ਨਾਲ ਨਾਲ ਅਸੀਂ ਇਹਦੇ ਵਾਸਤੇ ਅਸੀਂ ਇੱਕ ਸਰਵੇਖਣ ਵੀ ਕਰਾਇਆ ਕਿ ਇਹ ਕਿੰਨਾ ਕੀ ਸਾਡਾ ਟੈਂਟੇਟਿਵ ਜਿਹੜਾ ਲਾਸ ਹੋਣ ਦਾ ਜਿਹੜਾ ਅਨੁਮਾਨ ਹੈ, ਔਰ ਭਾਵੇਂ ਕਿ ਇਹ ਕੰਮ ਮਾਲ ਮਹਿਕਮੇ ਵੱਲੋਂ ਉਹ ਗਰਦੌਰੀ ਪ੍ਰੋਪਰ ਕਰਕੇ ਕੀਤਾ ਜਾਂਦਾ, ਲੇਕਿਨ ਅਸੀਂ ਵੀ ਆਪਣਾ ਆਈ ਐਸਟੀਮੇਟ ਜਿਹੜਾ ਹੈਗਾ ਉਹ ਅੰਦਾਜ਼ਨ ਜੋ ਪਿੰਡਾਂ ਦੇ ਨਾਲ, ਕਿਉਂਕਿ ਸਾਡੇ ਜਿਹੜੇ ਮਹਿਕਮੇ ਦੇ ਲੋਕ ਜੁੜੇ ਹੋਏ ਨੇ ਜੀ ਜੀ, ਅਸੀਂ ਸਾਰੇ ਪੰਜਾਬ ਦੇ ਵਿੱਚ ਆਪਣੇ ਜਿਹੜੇ ਮਹਿਕਮੇ ਰਾਹੀਂ ਜਿਹੜਾ ਸਰਵੇਖਣ ਕਰਵਾਇਆ, ਔਰ ਉਹਦੇ ਵਿੱਚ ਅਸੀਂ ਇਹ ਪਾਇਆ ਕਿ ਸਾਡਾ 7.28 ਲੱਖ ਏਕੜ ਰਕਬਾ ਜਿਹੜਾ ਇਹ ਇਸ ਪ੍ਰਭਾਵਿਤ ਹੋਇਆ, ਔਰ ਇਹਦੇ ਵਿੱਚ ਤਿੰਨੇ ਹੀ ਸੀਗੀਆਂ ਸਾਡੀਆਂ ਖੇਤੀਬਾੜੀ, ਬਾਗਬਾਨੀ ਅਤੇ ਚਾਰੇ ਵਾਲੀਆਂ ਫਸਲਾਂ ਸੀ। ਡਾਕਟਰ ਸਾਹਿਬ, ਤਕਰੀਬਨ ਇੱਕ ਅੰਦਾਜ਼ੇ ਮੁਤਾਬਕ ਮੇਰਾ ਖਿਆਲ ਹੈ 700 ਕਰੋੜ ਤੋਂ ਉੱਪਰ ਜਿਹੜਾ ਹੈਗਾ ਪੰਜਾਬ ਨੇ ਮਦਦ ਮੰਗੀ ਹੈ ਇਸ ਇਸ਼ੂ 'ਤੇ? ਅਸੀਂ ਇਹ ਸੋਚ ਰਹੇ ਸੀ ਕਿ ਇੱਕ ਟੈਂਟੇਟਿਵ ਰਿਪੋਰਟ ਜਿਹੜੀ ਅਸੀਂ ਤਿਆਰ ਕੀਤੀ ਹੈ ਉਹਦੇ ਵਿੱਚ ਜਿਹੜਾ 7.28 ਲੱਖ ਏਕੜ ਰਕਬਾ ਜਿਹੜਾ ਪ੍ਰਭਾਵਿਤ ਹੋਇਆ ਉਹਦੇ ਵਾਸਤੇ ਅਸੀਂ ਖੇਤੀਬਾੜੀ ਵਿਭਾਗ ਦਾ ਅਸੀਂ ਜੋ ਐਕਚੁਅਲੀ ਲੋਸ ਹੋਇਆ, ਕਿਉਂਕਿ ਨੀਵੇਂ ਥਾਵਾਂ ਦੇ ਵਿੱਚ ਪਾਣੀ ਭਰ ਗਿਆ ਸੀ ਔਰ ਫਸਲ ਜਿਹੜੀ ਉਹ ਡਿੱਗ ਗਈ ਸੀਗੀ, ਔਰ ਸੇਮ ਵਾਲੀਆਂ ਸੇਮ ਵਾਲੇ ਇਲਾਕਿਆਂ ਦੇ ਵਿੱਚ ਵੀ ਪਾਣੀ ਭਰ ਗਿਆ ਅਤੇ ਉਹ ਕਣਕ 'ਤੇ ਸਾਰੀ ਬਰਬਾਦ ਜ਼ਿਆਦਾ ਅਸਰ ਪਿਆ। ਅੱਛਾ, ਇਹਦੇ ਨਾਲ ਅਸੀਂ ਜਿਹੜਾ ਹੈਗਾ ਸੀਗਾ ਖੇਤੀਬਾੜੀ ਵਿਭਾਗ ਦਾ 628 ਕਰੋੜ ਰੁਪਏ ਦੇ ਕਰੀਬ ਹੈ, ਬਾਗਬਾਨੀ ਦਾ 43 ਕਰੋੜ ਰੁਪਏ ਦੇ ਹੈਗਾ, ਅਤੇ 46 ਕਰੋੜ ਰੁਪਏ ਦਾ ਜਿਹੜਾ ਸਾਡੀਆਂ ਚਾਰੇ ਵਾਲੀਆਂ ਫਸਲਾਂ, ਟੋਟਲ 717 ਕਰੋੜ ਰੁਪਏ ਦਾ ਜਿਹੜਾ ਅਸੀਂ ਅੰਦਾਜ਼ਾ ਜਿਹੜਾ ਹੈ ਉਹ ਅਸੀਂ ਦਿੱਤਾ। ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਇਸ ਸੰਬੰਧੀ ਪੱਤਰ ਵੀ ਲਿਖਿਆ ਗਿਆ, ਔਰ ਅਸੀਂ ਇਸ ਬਾਰੇ ਭਾਰਤ ਸਰਕਾਰ ਨੂੰ ਜਿਹੜਾ ਬਿਲਕੁਲ ਠੀਕ ਹੈ। ਰਾਜੇਵਾਲ ਸਾਹਿਬ, ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਅੰਕੜਿਆਂ ਦੀ ਗੱਲ ਕੀਤੀ ਹੈ, ਤੁਸੀਂ ਤਾਂ ਫਾਰਮਰਸ ਦੇ ਨਾਲ ਸਿੱਧੇ ਤੌਰ 'ਤੇ ਜੁੜੇ ਹੋ, ਤੁਹਾਡੇ ਕੋਲ ਆ ਕੇ ਆਪਣਾ ਕਿਸਾਨ ਦੁੱਖ ਵੀ ਰੋਂਦੇ ਹੋਣੇ, ਕਿਸ ਤਰ੍ਹਾਂ ਦੇਖਦੇ ਹੋ ਸਾਰਾ ਜੋ ਕੁਝ ਵਾਪਰਿਆ ਪੰਜਾਬ ਦੇ ਅੰਦਰ? ਦੇਖੋ ਜੀ, ਬਹੁਤ ਵੱਡਾ ਨੁਕਸਾਨ ਹੋਇਆ ਜਿਹਨੂੰ ਮੈਂ ਸਮਝਦਾ ਸਰਕਾਰੀ ਮਸ਼ੀਨਰੀ, ਇਹਨਾਂ ਦੇ ਮਹਿਕਮੇ ਨੇ ਤਾਂ ਸਰਵੇ ਕਰ ਲਿਆ, ਅਲੱਗ ਗੱਲ ਹੈ ਉਹਦਾ। ਇਸ ਸਰਵੇ ਦਾ ਲਾਭ ਕੇਵਲ ਇਸ ਗੱਲ ਲਈ ਹੋਏਗਾ ਵੀ ਸਰਕਾਰ ਇੱਕ ਕਲੇਮ ਆਪਣਾ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਰੱਖਦੀ ਹੈ, ਪਰ ਜਦੋਂ ਕਿਸਾਨਾਂ ਨੂੰ ਕੁਝ ਦੇਣ ਦੀ ਗੱਲ ਆਏਗੀ, ਜਦੋਂ ਤੱਕ ਸਪੈਸ਼ਲ ਗਰਦੌਰੀ ਔਨ ਰਿਕਾਰਡ ਨਹੀਂ ਹੁੰਦੀ ਹੇਠਲੇ ਪੱਧਰ ਤੱਕ, ਉਹ ਇਹਨਾਂ ਦੇ ਸਰਵੇ ਦਾ ਕਿਸਾਨ ਨੂੰ ਕੋਈ ਲਾਭ ਨਹੀਂ ਹੋਣਾ। ਅੱਜ ਦੀ ਡੇਟ ਵਿੱਚ ਅਸੀਂ, ਅੱਜ ਮੀਟਿੰਗ ਸੀ ਉਹਦੇ ਵਿੱਚ ਇੱਕ ਰੈਜ਼ੋਲੂਸ਼ਨ ਕੀਤਾ ਵੀ ਇਸ ਅਖਬਾਰਾਂ 'ਚ ਬਿਆਨ ਜ਼ਰੂਰ ਪੜ੍ਹਦੇ ਹਾਂ ਰੋਜ਼ ਵੀ ਸਪੈਸ਼ਲ ਗਰਦੌਰੀ ਦੇ ਹੁਕਮ ਦੇ ਦਿੱਤੇ ਗਏ ਨੇ, ਪਰ ਪ੍ਰੈਕਟੀਕਲੀ ਹੇਠਾਂ ਫੀਲਡ ਵਿੱਚ ਕਿਸੇ ਪਟਵਾਰੀ ਨੇ ਸਪੈਸ਼ਲ ਗਰਦੌਰੀ ਨਹੀਂ ਕੀਤੀ, ਨਾ ਕਿਸੇ ਨੇ ਗਰਦੌਰੀ ਕਰਨ ਵੇਲੇ ਲੋਕਾਂ ਨੂੰ ਨਾਲ ਲਿਆ। ਅਸੀਂ ਅੱਜ ਮੰਗ ਕੀਤੀ ਹੈ ਵੀ ਹਰ
ਹਲਕੇ ਦਾ ਪਟਵਾਰੀ ਪਿੰਡ ਦੇ ਨੰਬਰਦਾਰ ਨੂੰ, ਪਿੰਡ ਦੇ ਸਰਪੰਚ ਨੂੰ, ਮੋਤਬਰ ਬੰਦਿਆਂ ਨੂੰ ਨਾਲ ਲੈ ਕੇ ਮੌਕੇ 'ਤੇ ਜਾ ਕੇ ਦੇਖੇ ਕਿੰਨਾ ਨੁਕਸਾਨ ਹੋਇਆ। ਉਹ ਜਿੰਨੀ ਦੇਰ ਤੱਕ ਤਹਿਰੀਰ 'ਚ ਨਹੀਂ ਆਏਗਾ ਉੰਨੀ ਦੇਰ ਤੱਕ ਕਿਸਾਨ ਨੂੰ ਕੁਝ ਨਹੀਂ ਮਿਲਣਾ। ਇਹਨਾਂ ਦੇ ਸਰਵੇ ਨਾਲ ਗਵਰਨਮੈਂਟ ਆਫ ਇੰਡੀਆ ਤੋਂ ਤਾਂ ਇਹਨਾਂ ਨੂੰ ਮਿਲ ਜਾਣਗੇ ਪੈਸੇ, ਪਰ ਉਹ ਹੇਠਾਂ ਕਿਹਨੂੰ ਵੰਡਣੇ ਨੇ? ਜੇ ਉਹ ਰੈਵਨਿਊ ਰਿਕਾਰਡ 'ਚ ਜੇ ਦਰਜ ਨਹੀਂ ਹੋਏਗਾ ਕਿਸੇ ਨੂੰ ਧੇਲਾ ਨਹੀਂ ਮਿਲਣਾ। ਜੀ ਜੀ ਜੀ, ਤੁਸੀਂ ਸ਼ਾਸ਼ਕ ਸਰ, ਜਦੋਂ ਇਹਨਾਂ ਨੇ ਕਿਹਾ ਕਿ ਵੀ ਜਿਹੜਾ ਗੌਰਮੈਂਟ ਦੀ ਜਿਹੜੀ ਮਸ਼ੀਨਰੀ ਹੈ, ਜਿਹੜਾ ਸਲੋ ਪ੍ਰੋਸੈਸ ਹੈ, ਅਜੇ ਗਿਰਦਾਵਰੀ ਹੋਏਗੀ, ਉਸ ਤੋਂ ਬਾਅਦ ਫਾਰਮਰਸ ਦੇ ਕਲੇਮ ਦੇਖਣਗੇ, ਫਿਰ ਕਿੱਦਾਂ ਹੋਏਗਾ, ਸੈਂਟਰ ਕੀ ਕਰਦਾ, ਇਹਦੇ 'ਚ ਲੱਗਦਾ ਨਹੀਂ ਕਿ ਜਿਹੜਾ ਸਾਰਾ ਪ੍ਰੋਸੈਸ ਹੈ ਇਹਦੇ, ਜਿਹੜੀਆਂ ਸਰਕਾਰੀ ਏਜੰਸੀਆਂ ਉਹ ਜਿਹੜਾ ਇੱਦਾਂ ਡਿਲੇ ਕਰਨਾ ਹੋ ਰਿਹਾ, ਫਾਰਮਰ ਸਿੱਧੇ ਤੌਰ 'ਤੇ ਹਿੱਟ ਹੁੰਦਾ ਇਹਦੇ ਨਾਲ? ਸਿੱਧੂ ਸਾਹਿਬ, ਕਿਸਾਨ ਦਾ ਨੁਕਸਾਨ ਹੋ ਗਿਆ ਇਹਦੇ ਲਈ, ਭਾਵੇਂ ਸਰਵੇ ਹੋ ਰਹੇ ਨੇ, ਸੈਂਟਰ ਗੌਰਮੈਂਟ ਨੂੰ ਰਿਪੋਰਟਾਂ ਭੇਜੀਆਂ ਜਾ ਰਹੀਆਂ ਨੇ, ਇਹ ਸਾਰੀ ਗੱਲ ਮੈਨੂੰ ਗੋਂਗਲਾਂ ਤੋਂ ਮਿੱਟੀ ਝਾੜਨ ਵਾਲੀ ਦਿਖਾਈ ਦਿੰਦੀ ਹੈ। ਪਰ ਗੱਲ ਇਹ ਹੈ ਵੀ ਸਰਕਾਰ ਕੋਈ ਨਾ ਕੋਈ ਪਾਲਿਸੀ ਬਣਾਵੇ, ਹਰ ਦੂਜੇ ਤੀਜੇ ਸਾਲ ਬਾਅਦ ਹਰ ਕਿਸਾਨ ਦਾ ਕਿਸੇ ਨਾ ਕਿਸੇ ਰੂਪ 'ਚ ਨੁਕਸਾਨ ਹੋ ਜਾਂਦਾ। ਉਹਦੇ ਲਈ ਕੋਈ ਫਸਲੀ ਬੀਮਾ ਯੋਜਨਾ, ਕੋਈ ਨਾ ਕੋਈ ਠੋਸ ਨੀਤੀ ਬਣਾਈਏ। ਹਰ ਵਾਰ ਮਦਦ ਮੰਗਦੇ ਹਾਂ ਅਸੀਂ, ਮਦਦ ਆਉਂਦੀ ਹੈ ਜਾਂ ਕਿਸਾਨਾਂ ਤੱਕ ਨਹੀਂ ਪੁੱਜਦੀ, ਵੀ ਜਿਸ ਵੀ ਕਿਸਾਨ ਦਾ ਨੁਕਸਾਨ ਹੋ ਗਿਆ ਇੱਕ ਵਾਰੀ, ਉਹਨੂੰ ਹਰ ਹਾਲਤ ਦੇ ਵਿੱਚ, ਇਹ ਚਾਹੇ ਕਾਨੂੰਨ ਤਹਿਤ ਆਵੇ, ਕਿਸੇ ਵੀ ਰੂਪ 'ਚ ਆਵੇ, ਉਸ ਨੂੰ ਉਸ ਦਾ ਮੁਆਵਜ਼ਾ ਮਿਲਣਾ ਚਾਹੀਦਾ। ਔਰ ਟਾਈਮਲੀ ਹੈਲਪ ਹੋਣੀ ਚਾਹੀਦੀ, ਟਾਈਮਲੀ ਹੈਲਪ ਹੋਣੀ ਚਾਹੀਦੀ, ਔਰ ਲਾਜ਼ਮੀ ਹੋਣੀ ਚਾਹੀਦੀ ਹੈ। ਇਹ ਕਿਸੇ ਦੀ ਮਦਦ ਦੀ ਜਾਂ ਭੀਖ ਮੰਗਣ ਵਾਲੀ ਗੱਲ ਨਹੀਂ ਰਹਿਣੀ ਚਾਹੀਦੀ, ਇਹਨੂੰ ਕਾਨੂੰਨਾਂ ਰੂਪ ਮਿਲਣਾ ਚਾਹੀਦਾ। ਸਾਡੇ ਕੋਲ ਡਾਇਰੈਕਟਰ ਸਾਹਿਬ ਬੈਠੇ, ਡਾਇਰੈਕਟਰ ਸਾਹਿਬ, ਕੱਲ੍ਹ ਤੁਹਾਨੂੰ ਵੀ ਪਤਾ ਹੋਏਗਾ, ਤੁਸੀਂ ਸ਼ਾਇਦ ਉਸ ਦਾ ਮੀਟਿੰਗਾਂ ਵੀ ਲਈਆਂ ਹੋਣਗੀਆਂ ਸੈਂਟਰ ਵੱਲੋਂ, ਜਿਹੜਾ ਮਿਨਿਸਟਰ ਹੈ ਪਾਸਵਾਨ ਜਿਹੜਾ ਹੈਗਾ, ਉਹਨਾਂ ਦੇ ਕੁਝ ਐਗਰੀਕਲਚਰ ਮਿਨਿਸਟਰ ਸ਼ਿਮਲਾ ਗਏ, ਉਹਨਾਂ ਦਾ ਜਿਹੜਾ ਸੈਕਿੰਡ ਪਾਰਟਨਰ ਸੀ ਉਹ ਇੱਥੇ ਚੰਡੀਗੜ੍ਹ ਵੀ ਹੈ, ਆਪਣੇ FM ਨੇ ਵੀ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਿਹੜੀ ਹੈਗੀ ਹੈ। ਉਹਦੇ 'ਚ ਪਾਸਵਾਨ ਨੇ ਇੱਕ ਗੱਲ ਬੜੀ ਸਪਸ਼ਟ ਤੌਰ 'ਤੇ ਕਹੀ ਹੈ ਵੀ ਠੀਕ ਹੈ, ਹਰਿਆਣਾ ਨੇ ਕਲੇਮ ਦਿੱਤਾ, ਪੰਜਾਬ ਵਾਲਿਆਂ ਨੇ ਵੀ ਜਿੱਦਾਂ ਤੁਸੀਂ ਕਹਿ ਰਹੇ ਹੋ ਆਪਣਾ ਕਲੇਮ ਦਰਜ ਕਰਾਇਆ, ਪਰ ਉਹ ਕਹਿੰਦੇ ਜਦ ਤੱਕ ਓਵਰਆਲ ਅਸੀਂ ਜਿਹੜੀ ਨੌਰਥ ਸਟੇਟ 'ਚ ਕਿੰਨਾ ਜਿਹੜਾ ਹੈਗਾ ਸਾਰਾ ਗੜਬੜ ਹੋਈ ਹੈ, ਕਿੰਨਾ ਨੁਕਸਾਨ ਹੋਇਆ, ਉਹਨੂੰ ਅਸੈਸ ਕਰਨ ਤੋਂ ਬਾਅਦ ਹੀ ਅਸੀਂ ਕੋਈ ਗੱਲ ਕਰ ਸਕਦੇ ਹਾਂ ਕਿ ਹਰਿਆਣੇ ਨੂੰ ਕੀ ਦਿੱਤਾ ਜਾਏ, ਪੰਜਾਬ ਨੂੰ ਕੀ ਦਿੱਤਾ ਜਾਏ। ਇਹ ਜਿਹੜੀ ਸੈਂਟਰ ਦੀ ਅਪਰੋਚ ਹੈ, ਜਿੱਦਾਂ ਸ਼ਾਜਰੀ ਜੀ ਨੇ ਕਿਹਾ, ਰਾਜੇਵਾਲ ਸਾਹਿਬ ਕਹਿ ਰਹੇ, ਇਹਦੇ ਨਾਲ ਲੱਗਦਾ ਨਹੀਂ ਕਿ ਜਿਹੜਾ ਫਾਰਮਰਸ ਹੈਗਾ ਜਿਹਨੂੰ ਕਿ ਫੌਰੀ ਤੌਰ 'ਤੇ ਮਦਦ ਦੀ ਲੋੜ ਆ, ਬਹੁਤ ਜ਼ਿਆਦਾ ਪਛੜ ਜਾਂਦਾ ਸਾਰਾ ਕੁਝ? ਬਿਲਕੁਲ ਸਿੱਧੂ ਸਾਹਿਬ, ਮੈਂ ਇਹ ਸਮਝਦਾ ਕਿ ਜਿਹੜੇ ਕੱਲ੍ਹ ਮਾਣਯੋਗ ਮੰਤਰੀ ਜੀ ਆਏ ਨੇ ਜਾਂ ਉੱਥੇ ਮੀਟਿੰਗਾਂ ਹੋਈਆਂ ਹਰਿਆਣਾ ਹਿਮਾਚਲ 'ਚ ਗਏ ਨੇ ਉਹ, ਪਰ ਅਸੀਂ ਸਾਡੇ ਸੂਬੇ ਦੇ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜਦੋਂ ਪਹਿਲਾਂ ਹੀ ਜਦੋਂ ਇਹ ਨੁਕਸਾਨ ਹੋਇਆ, ਪੱਤਰ ਲਿਖਿਆ ਗਿਆ ਸੀਗਾ ਭਾਰਤ ਸਰਕਾਰ ਨੂੰ, ਔਰ ਇਸ ਦੇ ਪ੍ਰਤੀਕਰਮ ਦੇ ਵਿੱਚ ਸਾਡੇ ਕੋਲ ਗਾਜ਼ੀਆਬਾਦ ਤੋਂ ਜਿਹੜੇ ਆਫੀਸਰਸ ਆਣ ਕੇ ਜਿਹੜੀ ਗਰਾਊਂਡ ਰਿਐਲਿਟੀ ਅਸੀਂ ਉਹਨਾਂ ਨੂੰ ਦਿਖਾਈ, ਔਰ ਅਸੀਂ ਆਪਣੇ ਪੰਜਾਬ ਦੇ ਵਿੱਚ ਜਿਹੜੇ ਬਾਅਦ ਦੇ ਜ਼ਿਲ੍ਹੇ ਪ੍ਰਭਾਵ ਸੀ ਉੱਥੇ ਜਿਹੜੇ ਸਾਡੇ ਜੁਆਇੰਟ ਡਾਇਰੈਕਟਰ ਜਿਹੜੇ ਡਾਇਰੈਕ ਦੇ ਆਫੀਸਰਸ ਆਣ ਕੇ ਉਹ ਸਾਰੇ ਜਿਹੜੇ ਇਸ ਮੀਂਹ ਦੇ ਨਾਲ ਔਰ ਗੜੇਮਾਰੀ ਦਾ ਪ੍ਰਭਾਵ ਸੀਗੇ ਉਹਦੇ ਵਿੱਚ ਅਸੀਂ ਮੋਗਾ, ਫਰੀਦਕੋਟ, ਫਿਰੋਜ਼ਪੁਰ, ਕਪੂਰਥਲਾ, ਗੁਰਦਾਸਪੁਰ ਅਤੇ ਪਠਾਨਕੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੀ ਵਾਟਰ ਲੋਗਿੰਗ ਏਰੀਆ ਸੀਗਾ ਜਿਹੜੀਆਂ ਹੋਈਆਂ, ਔਰ ਗਰਾਊਂਡ ਦੇ ਵਿੱਚ ਉਹਨਾਂ ਨੂੰ ਅਸੀਂ ਇਹ ਦਿਖਾਇਆ ਕਿ ਕਿਸਾਨਾਂ ਦੀ ਕਿਸ ਤਰ੍ਹਾਂ ਮਾੜੀ ਹਾਲਤ ਹੋਈ ਹੈ, ਨੁਕਸਾਨ ਹੋਇਆ, ਔਰ ਇਸ ਰਿਪੋਰਟ ਦੀ ਜਿਹੜੀ ਸਾਡੀ ਏਜੰਸੀ ਰਿਪੋਰਟ ਭੇਜੀ ਹੈ ਉਹਦੇ 'ਤੇ ਜਿਹੜਾ ਗੰਭੀਰਤਾ ਨਾਲ ਵਿਚਾਰ ਉਹ ਕੇਂਦਰ ਸਰਕਾਰ ਕਰ ਰਹੀ ਹੈ। ਡਾਕਟਰ ਸਾਹਿਬ, ਇਹਦੇ 'ਚ ਜਿਹੜੀ ਗੱਲ ਤੁਸੀਂ ਬਿਲਕੁਲ ਇਹ ਕਹਿ ਰਹੇ ਹੋ ਕਿ ਗੰਭੀਰਤਾ ਨਾਲ ਵਿਚਾਰ ਕਰ ਰਹੀ, ਪਰ ਰਾਜੇਵਾਲ ਸਾਹਿਬ ਨੇ ਜਿਹੜਾ ਇੱਕ ਇਸ਼ੂ ਰੇਜ਼ ਕੀਤਾ ਹੋਇਆ ਕਿ ਵੀ ਠੀਕ ਹੈ ਤੁਸੀਂ ਇੱਕ ਕਲੇਮ ਪੁੱਟ ਕੀਤਾ, ਸੈਂਟਰ ਕੋਲ ਜਾਏਗਾ, ਅਜੇ ਤੱਕ ਜਿਹੜਾ ਹੈਗਾ ਕੋਈ ਗਿਰਦਾਵਰੀ ਨਹੀਂ ਸ਼ੁਰੂ ਹੋਈ ਫਾਰਮਰਸ ਦੇ ਲਈ, ਗਰਾਊਂਡ ਰਿਐਲਿਟੀ ਦੀ ਜਿਹਨੂੰ ਆਪਾਂ ਗੱਲ ਕਰਦੇ ਹਾਂ ਹੇਠਲੇ ਪੱਧਰ ਦੇ ਉੱਤੇ ਜਾ ਕੇ ਇੱਦਾਂ ਦਾ ਕੁਛ ਹੋ ਨਹੀਂ ਰਿਹਾ। ਬਿਲਕੁਲ, ਰਾਜੇਵਾਲਾ ਸਾਹਿਬ ਦੇ ਨਾਲ ਮੈਂ 100% ਸਹਿਮਤ ਹਾਂ, ਕਿਉਂਕਿ ਜਿਹੜਾ ਕਿਸਾਨਾਂ ਦਾ ਨੁਕਸਾਨ ਹੁੰਦਾ ਉਹਦਾ ਹਰ ਇੱਕ ਜ਼ਿਮੀਦਾਰ ਦਾ ਨਾਂ ਗਰਦੌਰੀ ਦੇ ਵਿੱਚ ਉਹ ਇੰਦਰਾਜ ਹੁੰਦਾ ਵੀ ਇਸ ਬੰਦੇ ਦਾ ਇੰਨਾ ਨੁਕਸਾਨ ਹੋਇਆ। ਜਿੱਥੋਂ ਤੱਕ ਸਾਡਾ ਲੋਕਾਂ ਦਾ ਸੰਬੰਧ ਹੈ ਖੇਤੀਬਾੜੀ ਵਿਭਾਗ ਦਾ, ਕਿਉਂਕਿ ਇਹ ਇੱਕ ਕੇਂਦਰੀ ਭੰਡਾਰ ਦੇ ਵਿੱਚ ਜਿਹੜਾ ਅਸੀਂ ਅਨਾਜ ਪਾਉਂਦੇ ਹਾਂ ਉਹਦੇ ਨਾਲ ਇਹ ਮੁੱਦਾ ਜੁੜਿਆ ਹੋਇਆ, ਔਰ ਜਦੋਂ ਇੱਦਾਂ ਦੀ ਕੋਈ ਉੱਤਰੀ ਭਾਰਤ ਦੇ ਵਿੱਚ ਬਰਸਾਤ ਹੋ ਗਈ ਹੈ ਤਾਂ ਉਹਨਾਂ ਨੂੰ ਇਹ ਜਿਹੜਾ ਹੁੰਦਾ ਹੈ ਕਿ ਵੀ ਸਾਡਾ ਕਿਤੇ ਅਨਾਜ ਭੰਡਾਰ ਦੇ ਵਿੱਚ ਜਿਹੜੀ ਇੰਨੀ ਖਰਾਬਾ ਨੁਕਸਾਨ ਹੋ ਗਿਆ, ਉਹਦਾ ਨੁਕਸਾਨ ਜਿਹੜਾ ਪੂਰਾ ਨਹੀਂ ਹੋ ਸਕਦਾ, ਜਿਹੜਾ ਅਸਟੀਮੇਟ ਜਿਹੜਾ ਸਾਡਾ ਹੁੰਦਾ ਹੈ, ਅਸੀਂ ਬਿਲਕੁਲ ਫਸਲਾਂ ਦੇ ਅਸੈਸਮੈਂਟ ਕਰਨ ਉਪਰੰਤ ਵੀ ਇੰਨਾ ਜਿਹੜਾ ਨੁਕਸਾਨ ਹੈ 100% ਨੁਕਸਾਨ ਹੈ, 75% ਨੁਕਸਾਨ ਹੈ, ਅਸੀਂ ਉਹ ਸਾਰਾ ਆਈਡੀਆ ਜਿਹੜਾ ਸਾਡਾ ਲਾਉਣਾ। ਓਕੇ ਓਕੇ, ਡਾਕਟਰ ਸਾਹਿਬ ਦੇ ਇਸ ਮੁੱਦੇ 'ਤੇ ਰਾਜਪਾਲ ਸਾਹਿਬ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਮੈਂ ਇੱਕ ਜ਼ਿਕਰ ਕਰਾਂਗਾ, ਪਿੱਛੇ ਸਾਡੇ ਨਾਲ ਇੱਕ ਵਾਰੀ ਇਹ ਵਾਪਰ ਚੁੱਕੀ, 2009 'ਚ ਬਹੁਤ ਜ਼ਬਰਦਸਤ ਸੋਕਾ ਪਿਆ ਸੀ ਅਤੇ ਅਸੀਂ ਇਨਵੋਲਵ ਸੀ ਉਦੋਂ, ਜਿਹੜਾ ਸੈਂਟਰ ਤੋਂ ਅਸੀਂ ਪੰਜਾਬ ਨੇ ਜਿਹੜਾ ਜੋ ਮੁਆਵਜ਼ਾ ਮੰਗਿਆ ਉਹਦਾ ਸਾਨੂੰ ਰਾਹਤ ਦਿੱਤੀ ਜਾਏ, 800 ਕਰੋੜ ਉੱਥੋਂ ਆਇਆ,
ਕਿਉਂਕਿ ਔਨ ਰਿਕਾਰਡ ਹੇਠਾਂ ਗਰਾਊਂਡ ਲੈਵਲ 'ਤੇ ਕਿਸਾਨਾਂ ਦਾ ਕਿੰਨਾ ਨੁਕਸਾਨ ਹੋਇਆ, ਕੋਈ ਇੱਦਾਂ ਦਾ ਰਿਕਾਰਡ ਨਹੀਂ ਸੀ, ਅਤੇ ਪੰਜਾਬ ਸਰਕਾਰ ਉਹਨੂੰ ਘੁੱਟ ਕੇ ਬੈਠ ਗਈ। ਅਤੇ ਤੁਹਾਨੂੰ ਯਾਦ ਹੋਊ ਉਦੋਂ ਮੈਨੂੰ ਮਰਨ ਵਰਤ ਰੱਖਣਾ ਪਿਆ ਸੀ, ਅਤੇ 300 ਕਰੋੜ ਉਹਦੇ ਵਿੱਚ ਵੰਡਣ ਦਾ ਵਾਅਦਾ ਕੀਤਾ, 150 ਵੰਡਿਆ, 150 ਰਹਿ ਗਿਆ। ਹੁਣ ਅੱਜ ਫਿਰ ਉਸੇ ਤਰ੍ਹਾਂ ਸਰਵੇ ਹੋ ਰਹੇ ਨੇ ਖੇਤੀਬਾੜੀ ਮਹਿਕਮੇ ਵੱਲੋਂ, ਰਿਪੋਰਟਾਂ ਤਿਆਰ ਹੋ ਰਹੀਆਂ ਗਰਾਊਂਡ ਲੈਵਲ 'ਤੇ, ਜਿੱਥੇ ਜਿੱਥੋਂ ਕਿਸਾਨ ਨੇ ਕਲੇਮ ਕਰਨਾ ਉੱਥੇ ਕੁਛ ਨਹੀਂ। ਤੇ ਕੀ ਗਰੰਟੀ ਹੈ ਵੀ ਉਹ ਫਿਰ ਕਿਸਾਨਾਂ ਨੂੰ ਕੰਪਨਸੇਸ਼ਨ ਮਿਲੇਗਾ? ਇੱਕ ਗੱਲ, ਇੱਕ ਮੈਂ ਹੋਰ ਗੱਲ ਕਰਾਂ, ਬਹੁਤ ਸਾਰੇ ਨੁਕਸਾਨ ਐਸੇ ਨੇ ਜਿਹੜੇ ਸਰਕਾਰ ਦੇ ਪੈਮਾਨਿਆਂ 'ਚ ਖਰੀ ਨਹੀਂ ਉਤਰਦੇ, ਨੁਕਸਾਨ ਹੀ ਨਹੀਂ ਉਹਨਾਂ ਨੂੰ ਮੰਨਦੇ। ਹੁਣ ਆਪਾਂ ਰਾਜਪਾਲ ਸਾਹਿਬ ਇਸ ਮੁੱਦੇ 'ਤੇ ਮੈਂ ਤੁਹਾਡੇ ਨਾਲ ਆਉਣਾ ਕਿ ਪੈਮਾਨਿਆਂ ਦੀ ਗੱਲ ਬੜੀ ਅਹਿਮ ਇਸ਼ੂ ਹੈ ਇਹ। ਤੁਹਾਨੂੰ ਵਕਤ ਹੈ ਕਿ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਫਾਰਮਰਸ ਦੇ ਨਾਲ ਜਿਹੜੇ ਜੁੜੇ ਇਸ਼ੂ ਅਤੇ ਬੇਮੌਸਮੀ ਬਾਰਿਸ਼ਾਂ ਕਰਕੇ ਅਤੇ ਜਿੱਦਾਂ ਕਿਸਾਨਾਂ ਦਾ ਖਰਾਬਾ ਹੋਇਆ, ਨੁਕਸਾਨ ਹੋਇਆ, ਉਹਦੇ 'ਤੇ ਚਰਚਾ ਨੂੰ ਜਾਰੀ ਰੱਖਾਂਗੇ। ਗਲੋਬਲ ਪੰਜਾਬ ਟੀ ਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਬ੍ਰੇਕ ਤੋਂ ਪਹਿਲਾਂ ਆਪਾਂ ਚਰਚਾ ਕਰ ਰਹੇ ਸੀਗੇ ਜੋ ਕੁਝ ਬੇਮੌਸਮੀ ਬਾਰਿਸ਼ਾਂ, ਗੜੇਮਾਰ, ਤੇਜ਼ ਹਵਾਵਾਂ ਕਰਕੇ ਫਾਰਮਰਸ ਦਾ ਨੁਕਸਾਨ ਹੋਇਆ, ਕੇਂਦਰ ਅਤੇ ਰਾਜ ਸਰਕਾਰਾਂ ਕਿਵੇਂ ਸੋਚਦੀਆਂ ਅਤੇ ਫਾਰਮਰ ਨੂੰ ਕਿਹੜੀ ਚਿੰਤਾ ਹੈ, ਇਹਨਾਂ ਮੁੱਦਿਆਂ ਦੇ ਉੱਤੇ ਰਾਜਪਾਲ ਸਾਹਿਬ ਤੁਸੀਂ ਇਹ ਗੱਲ ਕਰ ਰਹੇ ਸੀ ਕਿ ਜਦੋਂ ਨੁਕਸਾਨ ਹੁੰਦਾ ਉਹਦੇ ਲਈ ਕੋਈ ਖਾਸ ਕਿਸਮ ਦੀ ਇੱਕ ਪੋਲਿਸੀ ਨਹੀਂ ਕਿ ਫਾਰਮਰਸ ਨੂੰ ਕਿਵੇਂ ਬੈਨੀਫਿਟ ਦਿੱਤਾ ਜਾ ਸਕਦਾ ਹੈ, ਜਿਹੜਾ ਹੈਗਾ ਜੇ ਇੱਕ ਖੇਤ ਦਾ ਨੁਕਸਾਨ ਹੁੰਦਾ, ਦੂਜੇ ਦਾ ਹੁੰਦਾ, ਇੱਕ ਪਿੰਡ ਦਾ ਹੁੰਦਾ, ਉਸ ਏਰੀਏ ਦਾ ਹੁੰਦਾ, ਡਿਸਟ੍ਰਿਕਟ ਦਾ ਹੁੰਦਾ, ਇਹ ਲੱਗਦਾ ਨਹੀਂ ਕਿ ਬੜੇ ਕੰਪਲੀਕੇਟਡ ਹੈਗਾ ਸਿਸਟਮ ਜਿਹਦੇ ਕਰਕੇ ਫਾਰਮਰ ਨੂੰ ਸਹੀ ਮਾਇਨਿਆਂ ਦੇ ਵਿੱਚ ਕੋਈ ਮੁਆਵਜ਼ਾ ਸਹੀ ਢੰਗ ਨਾਲ ਜਿਵੇਂ ਮਿਲਣਾ ਚਾਹੀਦਾ ਸੀ ਨਹੀਂ ਮਿਲਦਾ? ਦੋ ਤਿੰਨ ਇਸ਼ੂ ਨੇ ਜਿਹੜੇ ਸਮਝਣੇ ਪੈਣਗੇ ਸਾਨੂੰ। ਇੱਕ ਤਾਂ ਕਈ ਵਾਰੀ ਕਰੋਪ ਇੰਸ਼ੋਰੈਂਸ ਦੀ ਗੱਲ ਕਹਿ ਦਿੰਦੇ ਨੇ, ਕਰੋਪ ਇੰਸ਼ੋਰੈਂਸ ਜਿਸ ਤਰ੍ਹਾਂ ਦੀ ਅੱਜ ਪੋਲਿਸੀ ਉਹ ਤਾਂ ਇੱਕ ਟੈਕਸ ਹੈ, ਕਿਉਂਕਿ ਇੱਕ ਪਿੰਡ ਨੂੰ ਯੂਨਿਟ ਮੰਨਦੇ ਨੇ, ਇੱਕ ਪਿੰਡ ਦੇ ਇੱਕ ਪਾਸੇ ਨੁਕਸਾਨ ਹੋ ਗਿਆ, ਜੇ ਉਹਦਾ ਇੱਕ ਸਰਟਨ ਲਿਮਿਟ 'ਤੇ ਵੱਧ ਨੁਕਸਾਨ ਨਹੀਂ ਹੁੰਦਾ, ਤਾਂ ਫਿਰ ਕੋਈ ਇਸੇ ਤਰ੍ਹਾਂ ਜਿਹੜੀ ਬੀਮਾ ਪਾਲਿਸੀ ਜਿਹੜੀ ਹੈਗੀ ਹੈ ਫਸਲਾਂ ਲਈ ਉਹ ਕੋਈ ਫਾਇਦਾ ਨਹੀਂ। ਜਿਸ ਤਰ੍ਹਾਂ ਦੀ ਅੱਜ ਹੈ ਉਹ ਤਾਂ ਇੱਕ ਟੈਕਸ ਹੈ ਕਿਸਾਨਾਂ 'ਤੇ, ਉਹਦਾ ਪ੍ਰੀਮੀਅਮ ਲੈ ਲੈਣਾ, ਜਦੋਂ ਦੇਣ ਦੇ ਵੇਲੇ ਆਉਣਾ ਫਿਰ ਕਹਿਣਾ ਜੀ ਤੁਹਾਡਾ ਤਾਂ ਯੂਨਿਟ ਪਿੰਡ ਹੈ ਉਹਦੇ ਇੱਕ ਪਾਸਿਓਂ ਥੋੜ੍ਹੀ 25% 25% 'ਤੇ ਨਹੀਂ ਆਉਂਦੇ, ਇਸ ਕਰਕੇ ਤੁਹਾਨੂੰ ਕੁਛ ਨਹੀਂ ਮਿਲਣਾ, ਉਹ ਇੰਸ਼ੋਰੈਂਸ ਦਾ ਸਾਨੂੰ ਕੋਈ ਲਾਭ ਨਹੀਂ। ਬਾਕੀ ਰਹਿ ਗਿਆ ਜਿਹੜਾ ਕੰਪਨਸੇਸ਼ਨ ਸਰਕਾਰ ਨੈਚੁਰਲ ਕਲੈਮਿਟੀਜ਼ ਫੰਡ ਦੇ ਵਿੱਚੋਂ ਹਮੇਸ਼ਾ ਦਿੰਦੀ ਆਈ ਹੈ, ਇਹ ਹੈਗਾ 30-40 ਸਾਲ ਪੁਰਾਣਾ ਇੱਕ ਸਿਸਟਮ ਚੱਲਿਆ ਆਉਂਦਾ, ਉਹਦੇ ਵਿੱਚ ਕੇਂਦਰ ਦਾ ਹਿੱਸਾ ਮਾਮੂਲੀ ਜਿਹਾ, ਅੱਜ ਵੀ 25% ਤੱਕ ਕੋਈ ਮੁਆਵਜ਼ਾ ਨਹੀਂ, 25 ਤੋਂ 50% ਤੱਕ 1500 ਰੁਪਇਆ ਮੁਆਵਜ਼ਾ ਹੈ, 50 ਤੋਂ 75% ਤੱਕ ਹੈਗਾ ਕੋਈ 3000 ਮੁਆਵਜ਼ਾ, ਅਤੇ ਜਿਹੜਾ 100% ਹੈ ਉਹਦਾ 5000 ਹੈ, ਉਹਦੇ ਵਿੱਚ ਵੀ ਸਟੇਟ ਦਾ 1500 ਰੁਪਇਆ ਪਾ ਕੇ 5000 ਬਣਦਾ, ਭਾਰਤ ਸਰਕਾਰ ਦਾ 2500 ਰੁਪਇਆ। ਮੇਰੇ ਖਿਆਲ 5000 ਦੇ ਨਾਲ ਤਾਂ ਫਾਰਮਰ ਦਾ ਬੀਜ ਵੀ ਉਸ ਤੋਂ ਵੱਧ ਮੁੱਲ ਦਾ ਪੈ ਗਿਆ ਹੋਣਾ ਖੇਤ ਦੇ ਵਿੱਚ। ਇੱਕ ਗੱਲ ਦੱਸੋ, ਐਤਕੀ ਬਰਸਾਤ ਨਾਲ ਜਿਹੜਾ ਆਲੂ ਸਭ ਤੋਂ ਮਹਿੰਗੀ ਕਰੋਪ ਹੈ, ਅਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਕਰੀ ਜਾਂਦੇ ਹਾਂ, ਡਾਈਵਰਸੀਫਿਕੇਸ਼ਨ ਕਰਦੇ ਆਲੂ ਮਰ ਗਿਆ, ਮੱਕੀ ਗਈ, ਗੰਨਾ 295 ਰੇਟ ਹੈ, ਉਹਦਾ 200 ਰੁਪਇਆ ਮਿਲਿਆ। ਡਾਈਵਰਸੀਫਿਕੇਸ਼ਨ ਦੇ ਮੁੱਦੇ 'ਤੇ ਵੀ ਗੱਲ ਕਰਦਾ ਡਾਕਟਰ ਸਾਹਿਬ, ਜਿਹੜੀ ਇਹ ਗੱਲ ਹੈਗੀ ਹੈ ਕਿ ਵੀ ਫਾਰਮਰਸ ਨੂੰ ਰਿਲੀਫ ਦੇਣ ਦੀ ਗੱਲ, ਜਿਹੜੀ ਗਿਰਦਾਵਰੀ ਜਾਂ ਤੁਸੀਂ ਇੱਕ ਅੰਦਾਜ਼ਾ ਲਗਾਇਆ ਉਹ ਆਪਣੀ ਜਗ੍ਹਾ 'ਤੇ ਹੈਗਾ, ਪਰ ਜਦੋਂ ਫਾਰਮਰਸ ਦੇ ਲਈ ਆਪਾਂ ਅਸੈਸ ਕਰਦੇ ਹਾਂ ਬਈ ਇੱਕ ਖੇਤ, ਦੋ ਖੇਤ, ਇੱਕ ਪਿੰਡ, ਜਾਂ ਜਿੱਦਾਂ ਰਾਜੇਵਾਲ ਸਾਹਿਬ ਨੇ ਕਿਹਾ, ਇਹ ਲੱਗਦਾ ਨਹੀਂ ਉਹ ਵੀ ਕਿਤੇ ਡਿਫੈਕਟਿਵ ਹੈਗਾ ਸਿਸਟਮ ਜਿਹਦੇ ਕਰਕੇ ਫਾਰਮਰ ਨੂੰ ਸਹੀ ਮਾਇਨਿਆਂ ਦੇ 'ਚ ਮਦਦ ਜਿਹੜੀ ਮਿਲਣੀ ਚਾਹੀਦੀ ਉਹ ਨਹੀਂ ਮਿਲਦੀ? ਮੇਰਾ ਖਿਆਲ ਕਿ ਜਿੱਦਾਂ ਰਾਜੇਵਾਲ ਸਾਹਿਬ ਨੇ ਗਰਾਊਂਡ ਰਿਐਲਿਟੀ ਜਿਹੜੀ ਆ ਪੇਸ਼ ਕੀਤੀ ਹੈ, ਜੀ ਜੀ, ਕਿਉਂਕਿ ਜਿਹੜਾ ਸਾਡਾ ਸਿਸਟਮ ਹੈ ਉਹਦੇ ਵਿੱਚ ਜੋ ਵੀ ਪੋਲਿਸੀ ਹੈ ਹੁਣ ਕਾਫੀ ਦੇਰ ਦੇ ਉੱਤੋਂ ਇੱਕੋ ਹੀ ਚੱਲਿਆ ਆ ਰਿਹਾ, ਉਹਦੇ ਰਾਹਤ ਜਿਹੜੀ ਹੈ ਜਾਂ ਕੋਈ ਕੁਦਰਤੀ ਆਫਤਾਂ ਦੇ ਨਾਲ ਜਿਹੜਾ ਨੁਕਸਾਨ ਹੋ ਜਾਂਦਾ, ਉਹਦੇ ਵਿੱਚ ਟਾਈਮ ਟੂ ਟਾਈਮ ਉਹਦੇ ਵਿੱਚ ਜਿਹੜੀ ਹੈਗੀ ਆ ਉਹ ਤਬਦੀਲੀ ਲਿਆ ਕੇ ਜੋ ਕਾਸਟ ਆਫ ਕਲਟੀਵੇਸ਼ਨ 'ਤੇ ਖਰਚਾ ਆ ਰਿਹਾ ਫਾਰਮਰਸ ਦਾ, ਉਹਦੇ ਨਾਲ ਉਹਨਾਂ ਦੀ ਭਰਪਾਈ ਕਰੀ ਜਾਣੀ ਹੈ। ਇਹ ਇੱਕ ਨੈਸ਼ਨਲ ਜਿਹੜੀ ਹੈ ਸਾਡੀ ਡਿਊਟੀ ਬਣਦੀ ਹੈ ਕਿ ਫਾਰਮਰਸ ਦੇ ਕੋਲ ਕੋਈ ਹੋਰ ਤਾਂ ਹੈ ਨਹੀਂ, ਉਹਨਾਂ ਨੂੰ ਜ਼ਿਮੀਂਦਾਰਾਂ ਨੂੰ ਜਿਹੜਾ ਉਹਨਾਂ ਦਾ ਨੁਕਸਾਨ ਹੋ ਗਿਆ, ਜਿਸ ਤਰ੍ਹਾਂ ਅਸੀਂ ਅਜੇ ਅਸੈਸਮੈਂਟ ਕਰ ਰਹੇ ਹਾਂ, ਜਾਂ 29 ਮਾਰਚ ਨੂੰ ਵੀ ਸਾਡੇ ਮਾਨਸਾ ਜ਼ਿਲ੍ਹੇ 'ਚ ਗੜੇਮਾਰੀ ਹੋਈ ਹੈ, 8000 ਏਕੜ ਰਕਬਾ ਪ੍ਰਭਾਵਿਤ ਹੈ, ਅਸੀਂ ਉਹ ਵੀ ਇਨਕਲੂਡ ਕਰਾਂਗੇ। ਸੋ ਇਹ ਇੱਕ ਸਿਸਟਮ ਹੈ ਜਿੱਦਾਂ ਅਸੀਂ ਕਰੋਪ ਇੰਸ਼ੋਰੈਂਸ ਦੀ, ਬਿਲਕੁਲ ਇਹਨਾਂ ਨੇ ਸਹੀ ਕਿਹਾ ਕਿ ਸਾਡੀ ਸਟੇਟ ਵਾਸਤੇ ਉਹ ਬਿਲਕੁਲ ਸਾਡੀ ਕੁਦਰਤ ਜੋ ਕੁਦਰਤ ਦਾ ਮੌਸਮ ਹੈ ਜਾਂ ਇਹ ਸਾਡੇ ਵਾਸਤੇ ਬਿਲਕੁਲ ਫਾਇਦੇਮੰਦ ਨਹੀਂ ਹੈਗੀ,
ਔਰ ਜੇਕਰ ਅਸੀਂ ਉਸ ਵਾਸਤੇ ਵੀ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਕਿਹਾ ਕਿ ਵੀ ਜੋ ਸਾਡੀ ਸਟੇਟ ਦੇ ਵਿੱਚ ਕਿਸਾਨਾਂ ਦੇ ਨੀਡ ਬੇਸਡ ਜਿਹੜੇ ਕਿਸਾਨਾਂ ਦੇ ਮੁਤਾਬਕ ਜਿਹੜਾ ਲਾਗੂ ਨਹੀਂ, ਅਸੀਂ ਜਿਹੜਾ ਯੂਨਿਟ ਆ ਸਾਰੀ ਸਟੇਟ ਨੂੰ ਇੱਕ ਯੂਨਿਟ ਮੰਨਿਆ ਜਾਵੇ, ਕਿਉਂਕਿ ਅੱਜ ਕੱਲ੍ਹ ਬੜਾ ਹਾਈਟੈਕ ਹੋ ਗਿਆ ਪ੍ਰੋਗਰਾਮ, ਜਿਸ ਜ਼ਮੀਨਦਾਰ ਦਾ ਕੋਈ ਖਰਾਬਾ ਹੋ ਜਾਂਦਾ ਉਹਦੀ ਫਿਲਮ ਬਣ ਸਕਦੀ ਹੈ, ਵੀਡੀਓ ਬਣ ਸਕਦੀ ਹੈ, ਉਹਨੂੰ ਸਾਰਾ ਅੰਦਾਜ਼ਾ ਲਗਾਇਆ ਜਾ ਸਕਦਾ ਅੰਦਾਜ਼ਾ ਲਗਾ ਔਰ ਸਾਡਾ ਇੱਕ ਯੂਨਿਟ ਬਣਨਾ ਇੱਕ ਜਿੱਦਾਂ ਹਾੜੀ ਸਾਉਣੀ ਦੇ ਵਿੱਚ ਅਸੀਂ 1 ਲੱਖ ਹੈਕਟੇਅਰ ਜਾਂ 50,000 ਹੈਕਟੇਅਰ ਸਾਡਾ ਸਾਰੀਆਂ ਫਸਲ ਵਾਈਜ਼ ਅਸੀਂ ਕਰ ਸਕਦੇ ਹਾਂ, ਔਰ ਉਸ ਹਿਸਾਬ ਦੇ ਨਾਲ ਜੇ ਕਿਸੇ ਇੱਕ ਜ਼ਿਮੀਂਦਾਰ ਦਾ ਮਰਲਾ ਵੀ ਖਰਾਬ ਆਉਂਦਾ ਤਾਂ ਉਹਨੂੰ ਉਸ ਹਿਸਾਬ ਦੇ ਨਾਲ ਭਰਪਾਈ ਹੋਣੀ ਚਾਹੀਦੀ। ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਇੱਕ ਜਿਹੜਾ ਰਾਜਪਾਲ ਸਾਹਿਬ ਨੇ ਇਸ਼ੂ ਰੇਜ਼ ਕੀਤਾ ਉਹ ਹੈ ਇਸੇ ਨਾਲ ਹੀ ਜੁੜੀ ਹੋਈ ਗੱਲ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਕਣਕ ਝੋਨੇ ਦੀ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹਾਂ, ਆ ਜਿਹੜਾ ਪੰਜਾਬ ਦਾ ਫਾਰਮਰਸ ਹੈ ਤੁਹਾਨੂੰ ਵੀ ਪਤਾ ਕਿ ਕੋਲਡ ਸਟੋਰਾਂ ਦੇ ਅੱਗੇ ਆਪਣੀਆਂ ਟਰਾਲੀਆਂ ਲਾ ਕੇ ਗੱਡੀਆਂ ਲਾ ਕੇ ਬੈਠਾ ਹੈ, ਉਹਨਾਂ ਦੇ ਆਲੂ ਨਾ ਤਾਂ ਕੋਲਡ ਸਟੋਰ ਵਾਲੇ ਲੈਣ ਨੂੰ ਤਿਆਰ ਹੈ ਨਾ ਉਹ ਕਿਤੇ ਸੁੱਟਣ ਨੂੰ ਸੁੱਟ ਸਕਦੇ ਹੈ। ਐਡੀ ਵੱਡੀ ਤ੍ਰਾਸਦੀ ਹੈ ਪੰਜਾਬ ਦੇ ਫਾਰਮਰਸ ਦੀ। ਮੈਨੂੰ ਕਈ ਫਾਰਮਰਸ ਦੇ ਸਿੱਧੇ ਫੋਨ ਆਏ ਕਿ ਕਈਆਂ ਨੇ 4-4 ਏਕੜ, 5-5 ਏਕੜ, 7-7 ਏਕੜ ਆਲੂ ਲਗਾਏ, ਖੇਤਾਂ 'ਚ ਰੱਖ ਕੇ ਬੈਠੇ ਆ, ਉੱਪਰੋਂ ਬਾਰਿਸ਼ ਪੈ ਰਹੀ ਹੈ, ਨਾ ਉਹਨਾਂ ਨੂੰ ਕੋਈ ਬਾਹਰ ਦਾ ਜਿਹੜਾ ਵਪਾਰੀ ਉਹ ਖਰੀਦਣ ਆ ਰਿਹਾ। ਫਸਲੀ ਵਿਭਿੰਨਤਾ ਡਾਕਟਰ ਸਾਹਿਬ ਇਹਨਾਂ ਹਾਲਤਾਂ 'ਚ ਕਿੱਦਾਂ ਲਾਗੂ ਹੋਏਗੀ? ਬਿਲਕੁਲ ਜਿਹੜੀ ਫਸਲੀ ਵਿਭਿੰਨਤਾ ਹੈ, ਜਿਸ ਤਰ੍ਹਾਂ ਇਸ ਸਾਲ 17-18 ਫਰਵਰੀ ਨੂੰ ਜਿਹੜੀਆਂ ਬਰਸਾਤ ਹੋਈ ਹੈ ਉਸ ਟਾਈਮ ਦੇ ਉੱਤੇ ਆਲੂਆਂ ਦੀ ਪਟਾਈ ਹੋਣੀ ਸੀ ਜੀ ਜੀ, ਸੂਰਜਮੁਖੀ ਦੀ ਜਿਹੜੀ ਸਾਡੀ ਬਿਜਾਈ ਹੋਣੀ ਸੀ, ਇਹ ਦੋਨਾਂ ਫਸਲਾਂ ਇੰਨੀਆਂ ਪ੍ਰਭਾਵਿਤ ਹੋਈਆਂ, ਕਿਉਂਕਿ ਜਿਸ ਟਾਈਮ ਦੇ ਉੱਤੇ ਆਲੂਆਂ ਦਾ ਜਿਹੜਾ ਆਲੂਆਂ ਦੀ ਹੈਗੀ ਹੈ ਇਹਨੂੰ ਸ਼ੋਰਟ ਮਾਰਕੀਟਿੰਗ ਆਲੂਆਂ ਦੀ ਵੀ ਹੋਣੀ ਚਾਹੀਦੀ ਹੈ, ਬਾਕੀ ਵੀ ਫਸਲੀ ਵਿਭਿੰਨਤਾ ਵਾਲੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦਾ ਪ੍ਰੋਪਰ ਸਾਨੂੰ ਸਟੋਰੇਜ ਪ੍ਰੋਪਰ ਪ੍ਰੋਕਿਓਰਮੈਂਟ ਸਾਨੂੰ ਮੈਕਾਨਿਜ਼ਮ ਬਣਾਉਣਾ ਚਾਹੀਦਾ ਤਾਂ ਜੋ ਕਿ ਕਿਸਾਨਾਂ ਦੀ ਫਸਲ ਇਸ ਤਰ੍ਹਾਂ ਰੁਲੇ ਨਾ ਜੀ ਜੀ। ਕਿਸਾਨਾਂ ਦੇ ਨੇਤਾ ਕੀ ਕਹਿੰਦੇ ਨੇ? ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਇਹ ਹੈ ਵੀ ਦੇਖੋ, ਇੱਕ ਪਾਸੇ ਤਾਂ ਸਾਡੇ ਜ਼ੋਰ ਲੱਗਿਆ ਪਿਆ ਸਾਰਾ ਡਾਈਵਰਸੀਫਿਕੇਸ਼ਨ ਦਾ, ਡਾਈਵਰਸੀਫਿਕੇਸ਼ਨ ਦੇ ਨਾਂ ਤੇ ਕੈਪਟਨ ਅਮਰਿੰਦਰ ਦੇ ਵੇਲੇ ਸਕੈਮ ਹੋ ਗਿਆ ਬਿਲਕੁਲ, ਔਰ ਹੁਣ ਵੀ ਸਰਕਾਰ ਕਹੀ ਜਾਂਦੀ ਜੀ ਗੰਨਾ ਵਧੀਆ ਬਦਲ ਹੈ ਜੀ, ਕਣਕ ਝੋਨੇ ਦਾ ਕਦੇ ਸਬਜ਼ੀਆਂ ਲਾਓ ਜੀ ਕਦੇ ਕੁਛ, ਆਲੂ ਸਾਡਾ ਡੁੱਬ ਗਿਆ ਐਤਕੀ ਆਲੂ ਦੇ ਵਿੱਚ, ਜੇ ਤੁਸੀਂ ਇਕੱਲੇ ਬੀਜ ਦੀ ਕੋਸਟ ਦੇਖੋ ਤਾਂ ਉਹ ਤਕਰੀਬਨ 25-30 ਹਜ਼ਾਰ ਰੁਪਏ ਦਾ ਪਰ ਏਕੜ ਬੀਜ ਪੈ ਗਿਆ ਜੀ ਜੀ, ਤੇ ਕੀ ਸਰਕਾਰ ਦੇ ਦੂ 10,000 ਨਾਲ ਕੀ ਨੰਗੀ ਨਾ ਕੀ ਨਚੋੜੂ ਮੱਕੀ ਜਦੋਂ 10,000 ਰੁਪਏ ਦੇ ਆਪਣਾ ਰਾਜਵਾਲ ਸਾਹਿਬ ਬੜਾ ਮਿਲਿਆ ਇਹਨਾਂ ਨੂੰ, ਪੰਜਾਬ ਸਰਕਾਰ ਨੇ ਮੱਕੀ ਬੋਰਡ ਬਣਾਇਆ ਵੀ ਇੱਥੇ ਡਾਈਵਰਸੀਫਾਈ ਕਰੀਏ, ਮੱਕੀ ਇੰਨੀ ਪੈਦਾ ਹੋ ਗਈ ਕਿਸੇ ਨੇ ਸੰਭਾਲੀ ਨਹੀਂ, ਨਾ ਸੈਂਟਰ ਉਹਦਾ ਭਾਅ ਮਿਲਦਾ ਨਾ ਕੋਈ ਖਰੀਦਣ ਨੂੰ ਤਿਆਰ ਹੈ, ਮੱਕੀ ਵਾਲੇ ਸਾਰੇ ਡੁੱਬ ਗਏ, ਬਾਸਮਤੀ ਵੱਲ ਸਾਨੂੰ ਮੋੜਿਆ ਪਿਛਲੇ ਸਾਲ ਦੇ ਮੁਕਾਬਲੇ, ਐਤਕੀ ਬਾਸਮਤੀ ਦਾ ਰੇਟ ਅੱਧਾ ਰਹਿ ਗਿਆ, ਉਹਦੇ 'ਚ ਵੀ ਅਸੀਂ ਮਾਰ ਖਾਧੀ, ਗੰਨੇ ਵਾਲੇ ਪਾਸੇ ਮੁੜੇ ਗੰਨਾ 295 ਰੇਟ ਹੈ, 200 ਰੁਪਏ ਨੂੰ ਮਿਲਣ ਵਾਲੇ ਚੱਕ ਨਹੀਂ ਰਹੇ, ਸੂਰਜਮੁਖੀ ਅਸੀਂ ਐਡੀਬਲ ਆਇਲ 400 ਕਰੋੜ ਦੇ ਬਾਹਰੋਂ ਇੰਪੋਰਟ ਕਰਦੇ ਹਾਂ ਪਰ ਇੱਥੇ ਸੂਰਜਮੁਖੀ ਕਿਸੇ ਨੇ ਖਰੀਦਿਆ ਨਹੀਂ, MSP ਤੋਂ ਵੀ 1,000 ਰੁਪਇਆ ਸਸਤੀ ਸੂਰਜਮੁਖੀ ਵਿਕੀ, ਦਾਲਾਂ ਦਾ ਭਾਅ ਜ਼ਰੂਰ ਮਿਲਿਆ ਜਾਂਦਾ ਪਰ ਖਰੀਦਣ ਵਾਲਾ ਕੋਈ ਨਹੀਂ, ਔਰ ਮਾਰਕੀਟ 'ਚ ਕਿਸਾਨ ਨੂੰ ਦਾਲ ਦਾ ਭਾਅ ਨਹੀਂ ਮਿਲਦਾ, ਅਸੀਂ ਜਾਈਏ ਕਿੱਥੇ, ਕਿੰਨੂ ਫੇਲ ਹੋ ਗਿਆ, ਅੰਗੂਰ ਫੇਲ ਹੋ ਗਿਆ, ਅਸੀਂ ਦੁੱਧ ਵਾਲੇ ਦੁਹਾਈ ਪਾਉਂਦੇ ਨੇ ਇੱਕ ਮਿੰਟ ਬਣਾਉਣਾ ਜਿਹੜਾ ਥੋੜ੍ਹਾ ਜਿਹਾ ਸਾਂਭਦਾ ਉੱਦਾਂ ਹੀ ਬੇੜਾ ਗਰਕ ਹੋ ਗਿਆ, ਅਸੀਂ ਗੱਲ ਹੁਣ ਸਾਨੂੰ ਮੁਖੌਲ ਕਰਨ ਲੱਗ ਗਏ ਕਹਿੰਦੇ ਭੇਡਾਂ ਬੱਕਰੀਆਂ ਪਾਲੋ, ਡਾਕਟਰ ਸਾਹਿਬ ਬੜਾ ਇੰਪੋਰਟੈਂਟ, ਮੈਂ ਤੁਹਾਡੀ ਗੱਲ ਕਹਿਣ ਤੋਂ ਪਹਿਲਾਂ ਇਹ ਵੀ ਜਾਣਨਾ ਚਾਹਾਂਗੇ ਅਸੀਂ ਆਪਣੇ ਦਰਸ਼ਕਾਂ ਲਈ, ਜਿਵੇਂ ਸਬਜ਼ੀਆਂ ਵਾਸਤੇ ਉੱਚ ਤਕਨੀਕੀ ਆਪਾਂ ਕਿਹਾ ਕਿ ਨਰਸਰੀਆਂ ਜਿਹੜੀਆਂ ਹੈਗੀਆਂ, ਇੱਦਾਂ ਹੀ ਜਿਹੜਾ ਹੈਗਾ ਆਪਾਂ ਫਲਾਂ ਦੀ ਗੱਲ ਕੀਤੀ ਹੈ ਜਾਂ ਕੁਛ ਖਾਸ ਫਸਲਾਂ ਦੇ ਲਈ ਅਸੀਂ ਕਿਹਾ ਵੀ ਇੱਦਾਂ ਦੇ ਬੀਜ ਲੈ ਕੇ ਆਵਾਂਗੇ ਹੋਰ ਸਾਰਾ, ਪਰ ਜਦੋਂ ਗੱਲ ਕਰਦੇ ਹਾਂ ਜਿੱਥੇ ਗੱਲ ਆ ਕੇ ਖੜੀ ਹੋ ਜਾਂਦੀ ਮੰਡੀਕਰਨ ਦੀ, ਸਾਡੇ ਕੋਲ ਮੰਡੀਕਰਨ ਹੀ ਨਹੀਂ ਹੈ ਤਾਂ ਫਾਰਮਰ ਜਾਏਗਾ ਕਿੱਧਰ? ਮੈਂ ਸਮਝਦਾ ਹੈ ਕਿ ਸਰਕਾਰ ਵੱਲੋਂ ਆਪਣੇ ਜੋ ਸਟੇਟ ਦੇ ਉੱਤੇ ਜਿਹੜੇ ਉਹਦੇ ਕੋਲ ਰਿਸੋਰਸਿਸ ਨੇ ਉਸ ਅਨੁਸਾਰ ਉਹਨਾਂ ਨੇ ਕਿਸਾਨਾਂ ਦੇ, ਜਿਸ ਤਰ੍ਹਾਂ ਬਾਸਮਤੀ ਹੈ, ਬਾਸਮਤੀ ਦੇ ਵਿੱਚ ਕਿਉਂਕਿ ਇਹ ਸਰਕਾਰੀ ਤੌਰ ਦੇ ਉੱਤੇ ਇਹਦੀ ਕੋਈ MSP ਨਹੀਂ ਹੈ ਜੀ, ਨਾ ਹੀ ਕੋਈ ਗਵਰਨਮੈਂਟ ਇਹਦੀ ਖਰੀਦ ਕਰਦੀ ਹੈ, ਵੇਖੋ ਉਸ ਦੇ ਵਿੱਚ ਕੀ ਹੈ ਕਿ ਫਾਰਮਰਸ ਨੂੰ ਜਿਹੜਾ ਸਹੀ ਭਾਅ ਦੇਣ ਵਾਸਤੇ ਅਸੀਂ 7% ਸਾਡੀ ਸਰਕਾਰ ਨੇ ਉਸ ਦਾ ਟੈਕਸ ਵੇਵ ਆਫ ਕਰਕੇ ਘੱਟੋ ਘੱਟ ਅਸੀਂ ਇਹ ਸੋਚਿਆ ਕਿ 2500 ਰੁਪਈਆ ਕੁਆਂਟਲ, ਇੱਕ ਮੇਰੀ ਗੱਲ ਸੁਣੋ ਜੀ, 2500 ਰੁਪਈਏ ਕੁਆਂਟਲ ਦੀ 2500 ਰੁਪਈਏ ਕੁਆਂਟਲ ਤੱਕ ਜਿਹੜਾ ਹੈਗਾ ਸੀਗਾ ਉਹ ਅਸੀਂ ਇਸ਼ੂ ਕੀਤਾ, ਦੇਖੋ 2500-3000 ਉਹ ਪਤਾ ਬੈਨੀਫਿਟ ਕਿਉਂ ਨਹੀਂ ਹੋਇਆ ਕਿ ਜਿਹੜੀ ਬਾਸਮਤੀ ਦੇ ਵਿੱਚ ਮਿਕਸਿੰਗ ਆ ਜਾਂ ਕੋਈ ਫਾਰਮਰਸ ਜਿਹੜੀ 2-2 ਵਰਾਇਟੀ ਲੈ ਕੇ ਜਾਂਦੇ, ਮੇਰੀ ਵੀ ਇੱਕ ਗੱਲ ਸੁਣੋ, ਜੋ ਅਸੀਂ ਮਾਰਕੀਟ ਦੇ ਵਿੱਚ ਜੋ ਟ੍ਰੇਡਰਸ ਨੇ ਇਸ ਕੰਪਲੇਂਟਸ ਕੀਤੀਆਂ ਨੇ, ਅਸੀਂ ਐਤਕੀ ਇਹ ਜ਼ੋਰ ਦੇਵਾਂਗੇ ਕਿ ਕੋਈ ਵੀ 2-2 ਵਰਾਇਟੀ ਦੀ ਜਿਹੜੀ ਉਹ ਬਜਾਈ ਕੀਤੀ ਜਾਵੇ, ਓਕੇ ਓਕੇ ਨਹੀਂ ਸਰ ਬੜਾ ਛਾਤਰ ਹੈ ਉਹ ਆਪਣੀ ਗੱਲ ਆਪਣੇ ਢੰਗ ਨਾਲ ਕਹਿ ਕੇ ਸਰਕਾਰ ਸਾਨੂੰ ਜਿਹੜਾ ਬਾਸਮਤੀ ਦਾ ਭਾਅ ਪਿਛਲੇ ਸਾਲ 3700 ਤੋਂ 5500 ਰੁਪਏ ਤੱਕ ਵਿਕਿਆ ਸੀ, ਉਹ 1700 ਤੇ 2700 ਰਹਿ ਗਿਆ,
ਰਾਜਾੜਾ ਸਾਹਿਬ ਮੈਂ ਜਿਹੜੀ ਸਰਕਾਰ ਦੇ ਵੱਲੋਂ ਗੱਲ ਕਰ ਰਿਹਾ ਵੇਖੋ ਹਰ ਇੱਕ ਗਰੀਬ ਕੋ ਵੇਖੋ ਫਲੈਕਚੁਏਸ਼ਨ ਫਲੈਕਚੁਏਸ਼ਨ ਸਰਕਾਰ ਨੇ ਲਵਾਉਣੀ ਨਹੀਂ ਹੈ ਅਸੀਂ ਜਦੋਂ ਕਹਿੰਦੇ ਹਾਂ ਕਿ ਹਰ ਇੱਕ ਚੀਜ਼ ਸਾਡੀ ਜਿਹੜੀ ਹੈਗੀ ਆ ਵੀ ਇੰਨੇ ਨਹੀਂ ਕਰਕੇ ਲਾਉਣੀ ਹੈ ਜਦੋਂ ਕੋਈ ਵੀ ਚੀਜ਼ ਅਸੀਂ ਐਕਸੈਸ ਲਾਵਾਂਗੇ ਤੇ ਉਹ ਚੀਜ਼ ਰੁਲਦੀ ਹੈ ਸਰਕਾਰ ਵੇਖੋ ਵੇਖੋ ਮੇਰੀ 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 ਗੱਲ ਸਰਕਾਰ ਨੇ ਬਾਰ ਬਾਰ ਜ਼ੋਰ ਪਾ ਕੇ ਕਿਹਾ ਐਡਵਰਟਾਈਜ਼ ਕੀਤਾ ਵੀ ਤੁਸੀਂ ਬਾਸਮਤੀ ਮੇਰੇ ਸਰ ਮੇਰੀ ਮੈਨੂੰ ਘਟਾਓ ਮੇਰੀ ਸਰ ਗੱਲ ਇਹ ਹੈ ਕਿ ਸਰ ਕਿਤੇ ਕਿਤੇ ਇਹ ਗੱਲ ਤਾਂ ਹੈ ਹੀ ਹੈ ਨਾ ਕੋਈ ਸਮਾਂ ਸੀ ਵਿਸਾਖੀ ਦੇ ਮੌਕੇ ਤੇ ਜਦੋਂ ਪੰਜਾਬ ਦੇ ਇੱਕ ਬਹੁਤ ਮਸ਼ਹੂਰ ਕਵਿਤਾ ਨੀਰਮ ਚਾਤਰਕ ਨੇ ਇਹ ਕਿਹਾ ਸੀ ਕਿ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਪਰ ਅੱਜ ਪੰਜਾਬ ਦਾ ਕਿਸਾਨ ਉਦਾਸ ਹੈ ਜਿੱਦਾਂ ਸਾਡੇ ਮਹਿਮਾਨਾਂ ਨੇ ਵੀ ਕਿਹਾ ਖਾਸ ਤੌਰ 'ਤੇ ਜੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਉਹਨਾਂ ਨੂੰ ਖੁੱਲ੍ਹਦਿਲੀ ਦੇ ਨਾਲ ਕਿਸਾਨ ਦੀ ਮਦਦ ਕਰਨ ਦੀ ਜ਼ਰੂਰਤ ਹੈ ਇਹ ਗੱਲ ਚੇਤੇ ਰੱਖਣ ਦੀ ਜ਼ਰੂਰਤ ਹੈ ਜੇ ਪੰਜਾਬ ਦਾ ਕਿਸਾਨ ਜਾਂ ਦੇਸ਼ ਦਾ ਕਿਸਾਨ ਬੁਰੇ ਦਿਨਾਂ ਦੇ ਵਿੱਚ ਘਿਰ ਗਿਆ ਤਾਂ ਇਸ ਦੇਸ਼ ਦੇ ਚੰਗੇ ਦਿਨ ਕਦੇ ਨਹੀਂ ਆ ਸਕਦੇ ਮੈਂ ਠੀਕ ਕਿਹਾ ਇਹਨਾਂ ਸਾਰੇ ਮੁੱਦਿਆਂ 'ਤੇ ਸਾਡੇ ਨਾਲ ਚਰਚਾ 'ਚ ਸ਼ਾਮਿਲ ਹੋਣ ਲਈ ਮੈਂ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ ਸਾਡੇ ਪ੍ਰੋਗਰਾਮ ਦਾ ਪਤਾ ਹੈ ਜਗਤਾਰ ਸਿੱਧੂ @ globalpunjabtv.com